ਵੈਲਕਮ ਟੂ ਦਿਸ ਐਪੀਸੋਡ ਆਫ ਲੈਟਸ ਟਾਕ। ਅੱਜ ਦੇ ਸੈਗਮੈਂਟ 'ਚ ਅਸੀਂ ਤੁਹਾਡੀ ਮੁਲਾਕਾਤ ਕਰਾਵਾਂਗੇ ਪਰਮਿੰਦਰ ਰਾਏ ਨਾਲ, ਜਿਹੜੇ ਕਿ ਇੱਕ ਨਾਮ ਰਜਿਸਟਰਡ ਕਲੀਨਿਕਲ ਕਾਊਂਸਲਰ ਨੇ। ਅੱਜ ਇਸ ਵਿਸ਼ੇ 'ਤੇ ਅਸੀਂ ਗੱਲਬਾਤ ਕਰਨੀ ਹੈ, ਇਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਕਿਉਂਕਿ ਅੱਜ ਸਮਾਜ ਵਿੱਚ ਅਸੀਂ ਦੇਖ ਰਹੇ ਹਾਂ ਕਿ ਲੋਕਾਂ ਦਾ ਸੈਲਫ ਇਸਟੀਮ ਯਾਨੀ ਕਿ ਸਵੈਭਿਮਾਨ ਜੋ ਹੈ ਉਹ ਘੱਟਦਾ ਜਾ ਰਿਹਾ। ਖਾਸ ਤੌਰ 'ਤੇ ਬੱਚਿਆਂ ਵਿੱਚ ਇਹ ਚੀਜ਼ ਜੋ ਹੈ ਬਹੁਤ ਹੀ ਇੱਕ ਚਿੰਤਾ ਦਾ ਵਿਸ਼ਾ ਬਣੀ ਪਈ ਹੈ। ਇਸ ਵਾਸਤੇ ਕੀ ਕੁਛ ਕਰਨ ਦੀ ਲੋੜ ਹੈ, ਕਿਵੇਂ ਅਸੀਂ ਆਪਣੇ ਸੈਲਫ ਇਸਟੀਮ ਨੂੰ ਹੋਰ ਮਜ਼ਬੂਤ ਬਣਾਉਣਾ ਹੈ, ਆਓ ਜਾਣਕਾਰੀ ਲੈਂਦੇ ਹਾਂ ਪਰਮਿੰਦਰ ਰਾਏ ਤੋਂ। ਜੀ ਹਾਂ ਜੀ, ਵੈਲਕਮ ਟੂ ਦ ਪ੍ਰੋਗਰਾਮ। ਥੈਂਕ ਯੂ ਹਰਪ੍ਰੀਤ ਜੀ। ਥੈਂਕ ਯੂ ਜੀ। ਸੋ ਸੈਲਫ ਇਸਟੀਮ ਦੀ ਜਦੋਂ ਗੱਲ ਕਰਦੇ ਨੇ, ਸਵੈਭਿਮਾਨ ਇਹ ਤਾਂ ਹੋਣਾ ਚਾਹੀਦਾ ਹੈ ਹਰ ਇੱਕ ਵਿਅਕਤੀ ਵਿੱਚ, ਪਰ ਕਈ ਵਾਰੀ ਇਹ ਈਗੋ ਵਿੱਚ ਟ੍ਰਾਂਸਲੇਟ ਹੋ ਜਾਂਦਾ ਹੈਗਾ। ਐਕਚੁਅਲੀ ਸੈਲਫ ਇਸਟੀਮ ਹੈ ਕੀ? ਸੈਲਫ ਇਸਟੀਮ ਦਾ ਜੀ ਇਹ ਇੱਕ ਲਰਨਡ ਬਿਹੇਵੀਅਰ ਹੈਗਾ ਜੋ ਅਸੀਂ ਦੇਖਦੇ ਹੈਗੇ ਹਾਂ, ਬਚਪਨ ਤੋਂ ਅਸੀਂ ਸਿੱਖਦੇ ਹਾਂ ਜੀ। ਬਚਪਨ ਦੇ ਵਿੱਚ ਕੀ ਹੁੰਦਾ ਕਿ ਅਸੀਂ ਦੂਸਰਿਆਂ 'ਤੇ ਨਿਰਭਰ ਹੁੰਦੇ ਹਾਂ ਰਾਈਟ, ਹਰ ਕੰਮ ਦੇ ਲਈ। ਅਤੇ ਉਸ ਵੇਲੇ ਜੇ ਤਾਂ ਸਾਨੂੰ ਇਨਕਰੇਜਮੈਂਟ ਮਿਲਦੀ ਆ, ਸ਼ਾਬਾਸ਼ੇ ਮਿਲਦੀ ਆ ਸਾਡੇ ਕਿਸੇ ਕੰਮ ਦੇ ਉੱਤੇ, ਅਤੇ ਸਾਨੂੰ ਆਪਣੇ ਆਪ ਨੂੰ ਅਸੀਂ ਆਪਣੇ ਆਪ ਦੇ ਬਾਰੇ ਵਧੀਆ ਫੀਲ ਕਰਦੇ, ਚੰਗਾ ਫੀਲ ਕਰਦੇ, ਫਿਰ ਸਾਨੂੰ ਹੋਰ ਉਤਸ਼ਾਹ ਮਿਲਦਾ ਕਿ ਅਸੀਂ ਅੱਗੋਂ ਚੰਗੀ ਤਰ੍ਹਾਂ ਜਿਹੜਾ ਹੈਗਾ ਆ ਕੰਮ ਕਰੀਏ। ਅਸੀਂ ਇਹ ਜਿਵੇਂ ਪੇਰੈਂਟਸ ਹੀ ਬੱਚੇ ਨੂੰ ਕਹਿ ਦਿੰਦੇ ਹੈਗੇ ਗੁੱਡ ਜੋਬ, ਅਤੇ ਉਹਦੇ ਨਾਲ ਕੀ ਹੁੰਦਾ ਬੱਚੇ ਦੀ ਬਿਲਕੁਲ ਇਸ ਤਰ੍ਹਾਂ ਹੁੰਦਾ, ਹੌਸਲਾ ਵੱਧ ਜਾਂਦਾ ਹੈਗਾ ਅਤੇ ਉਹ ਦੁਬਾਰਾ ਫਿਰ ਉਹ ਕੰਮ ਕਰਦਾ। ਫਿਰ ਉਸ ਇਹ ਹੈਗਾ ਹੈ ਜੀ ਆਪਣੇ ਆਪ ਬਾਰੇ ਚੰਗਾ ਫੀਲ ਕਰਨਾ, ਆਪਣੇ ਆਪ 'ਤੇ ਕੌਨਫੀਡੈਂਸ ਵਧਣਾ ਜੀ, ਅਤੇ ਆਪਣੇ ਜਿਹੜਾ ਹੈਗਾ ਤੁਹਾਡੀਆਂ ਅਬਿਲਿਟੀਜ਼ ਜਾਂ ਇਨਕਰੇਜਮੈਂਟ ਜਦੋਂ ਮਿਲਦੀ ਹੈਗੀ ਆ ਉਹ ਹੋਰ ਵੀ ਵੱਧਦੀਆਂ ਹੈਗੀਆਂ, ਕੌਨਫੀਡੈਂਸ ਬਿਲਡਅਪ ਹੁੰਦਾ ਹੈਗਾ। ਸੋ ਉਹ ਸਾਨੂੰ ਇਹ ਦਿੰਦਾ ਹੈਗਾ ਹੌਸਲਾ ਕਿ ਅਸੀਂ ਕਰ ਸਕਦੇ ਹਾਂ, ਵਿਸ਼ਵਾਸ ਹੁੰਦਾ ਸਾਨੂੰ ਆਪਣੇ ਆਪ 'ਤੇ। ਐਪਰੀਸੀਏਸ਼ਨ ਜਿਹੜੀ ਹੈਗੀ ਹੈ ਉਹ ਹੈਲਪ ਕਰਦੀ ਹੈਗੀ ਹੈ ਤੁਹਾਨੂੰ ਉਸ ਸੈਲਫ ਇਸਟੀਮ ਸਵੈਭਿਮਾਨ ਨੂੰ ਮਜ਼ਬੂਤ ਕਰਨ ਦੇ ਵਿੱਚ। ਓਕੇ ਹਾਂਜੀ। ਸੋ ਬੱਚਿਆਂ ਦੇ ਵਿੱਚ ਅੱਜ ਜੋ ਅਸੀਂ ਦੇਖ ਰਹੇ ਹੈਗੇ ਕਿ ਉਹ ਸੈਲਫ ਇਸਟੀਮ ਨੂੰ ਅੱਗੇ ਸਟਰੋਂਗ ਕਰਨ ਵਾਸਤੇ, ਜਾਂ ਈਵਨ ਵੱਡਿਆਂ ਵਿੱਚ ਵੀ ਕਈ ਵਾਰੀ ਅਸੀਂ ਦੇਖ ਲੈਂਦੇ ਕਿ ਉਹ ਸੈਲਫ ਇਸਟੀਮ ਝਲਕਦਾ ਨਹੀਂ ਹੁੰਦਾ ਹੈਗਾ, ਕੋਈ ਨਾ ਕੋਈ ਚੀਜ਼ ਜੇ ਹਿੱਟ ਕਰ ਜਾਏ ਤਾਂ ਉਸ ਨਾਲ ਬਿਲਕੁਲ ਹੀ ਠੱਪ ਕਈ ਵਾਰੀ ਹੋ ਜਾਂਦਾ, ਮੋਰਾਲ ਜਿਹੜਾ ਡਾਊਨ ਹੋ ਜਾਂਦਾ ਹੈਗਾ। ਤਾਂ ਇਹਦੇ ਵਾਸਤੇ ਕੀ ਕੁਛ ਤੁਸੀਂ ਸਟੈਪਸ ਦੱਸਣਾ ਚਾਹੋਗੇ ਜਿਹਦੇ ਨਾਲ ਕਿ ਤੁਸੀਂ ਕੋਂਸਟੈਂਟਲੀ ਜਿਹੜਾ ਨਾ ਜੀ ਆਪਣੇ ਸੈਲਫ ਇਸਟੀਮ ਨੂੰ ਸਟਰੋਂਗ ਰੱਖ ਸਕਦੇ? ਦੇਖੋ ਜੀ, ਜਿਹੜੀ ਸੈਲਫ ਇਸਟੀਮ ਹੈਗੀ ਆ, ਪਹਿਲਾਂ ਤਾਂ ਸਾਨੂੰ ਆਪਣੀਆਂ ਜਿਹੜੀਆਂ ਫੀਲਿੰਗਸ ਹੈਗੀਆਂ ਜੀ ਉਹਨਾਂ ਦੇ ਬਾਰੇ ਪਤਾ ਹੋਣਾ ਚਾਹੀਦਾ ਕਿ ਅਸੀਂ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੈਗੇ ਹਾਂ, ਸਾਡਾ ਜਿਹੜਾ ਇਨਸਾਈਡ ਆਊਟਸਾਈਡ ਜਿਹੜਾ ਵੀ ਹੈਗਾ ਆ ਸਾਨੂੰ ਉਹਦੇ 'ਤੇ ਦੇਖਣਾ ਪਏਗਾ। ਸਾਨੂੰ ਜਿੰਨੀ ਦੇਰ ਅਸੀਂ ਆਪਣੀਆਂ ਫੀਲਿੰਗਸ ਨਾਲ ਜਾਣੂ ਨਹੀਂ ਹੋਵਾਂਗੇ ਉਨੀ ਦੇਰ ਸਾਨੂੰ ਇਹ ਵੀ ਨਹੀਂ ਪਤਾ ਚੱਲਦਾ ਕਿ ਸਾਡੀਆਂ ਜ਼ਰੂਰਤਾਂ ਕੀ ਹੈਗੀਆਂ। ਸੋ ਜਿਹੜੇ ਇਹ ਜਿਵੇਂ ਮੈਂ ਪਹਿਲੇ ਕਿਹਾ ਸੀ, ਇਹ ਇੱਕ ਲਰਨਡ ਬਿਹੇਵੀਅਰ ਹੈ। ਜੇ ਲੋਅ ਸੈਲਫ ਇਸਟੀਮ ਹੈਗੀ ਆ, ਤੁਹਾਨੂੰ ਨਹੀਂ ਇਨਕਰੇਜਮੈਂਟ ਮਿਲੀ, ਤੁਹਾਨੂੰ ਨਹੀਂ ਸ਼ਾਬਾਸ਼ੀ ਮਿਲੀ, ਉਹਦੇ ਨਾਲ ਕੀ ਹੁੰਦਾ ਉਸ ਇਨਸਾਨ ਦੀ ਸਾਰੀ ਜ਼ਿੰਦਗੀ 'ਤੇ ਅਸਰ ਪੈਂਦਾ ਹੈ ਅਤੇ ਉਹ ਜਦੋਂ ਵੱਡੇ ਵੀ ਹੁੰਦੇ ਆ ਉਹ ਝਿਜਕਦੇ ਹੈਗੇ ਆ ਸੋਸ਼ਲੀ, ਜਦੋਂ ਉਹ ਕਿਤੇ ਬਾਹਰ ਵੀ ਜਾਂਦੇ ਉਹਨਾਂ ਨੂੰ ਐਂਗਜ਼ਾਇਟੀ ਵੀ ਹੁੰਦੀ ਹੈ ਇਹਦੇ ਕਰਕੇ, ਕਿਉਂਕਿ ਉਹਨਾਂ ਦੀ ਸੈਲਫ ਇਸਟੀਮ ਜਿਹੜੀ ਲੋਅ ਆ, ਉਹਨਾਂ ਦਾ ਸਵੈ ਜਿਹੜਾ ਆਤਮ ਵਿਸ਼ਵਾਸ ਹੁੰਦਾ ਉਹ ਘੱਟ ਹੁੰਦਾ। ਸੋ ਜਦੋਂ ਆਤਮ ਵਿਸ਼ਵਾਸ ਹੀ ਨਹੀਂ ਉਹਨਾਂ ਦਾ ਬਿਲਡਅਪ ਹੋਇਆ ਅਤੇ ਸਵੈ ਅਭਿਮਾਨ ਬਿਲਡਅਪ ਹੋਣ ਦੇ ਵਿੱਚ ਵੀ ਦਿੱਕਤ ਆਉਂਦੀ ਹੈਗੀ ਆ। ਸੋ ਉਹਦੇ ਲਈ ਇਹ ਹੈਗਾ ਕਿ ਜੇ ਤੁਹਾਡੀ ਪਹਿਲੇ ਸੈਲਫ ਇਸਟੀਮ ਲੋਅ ਹੈਗੀ ਤਾਂ ਉਹ ਅਨਲਰਨ ਵੀ ਕੀਤੀ ਜਾ ਸਕਦੀ ਹੈ ਇਹ ਲਰਨਡ ਬਿਹੇਵੀਅਰ ਹੋਣ ਦੇ ਕਰਕੇ। ਫਿਰ ਇਹਦੇ ਲਈ ਕੀ ਹੈਗਾ ਕਿ ਤੁਸੀਂ ਆਪਣੀਆਂ ਫੀਲਿੰਗਸ ਨਾਲ ਇਨ ਟੱਚ ਹੋਵੋ, ਤੁਸੀਂ ਇਹ ਦੇਖੋ ਕਿ ਮੇਰੀਆਂ ਜ਼ਰੂਰਤਾਂ ਕੀ ਹੈਗੀਆਂ ਆ, ਫਿਰ ਇਹਦਾ ਰੂਟ ਜਿਹੜੀ ਹੈਗੀ ਉਹ ਕਿੱਥੇ, ਕਾਰਨ ਕੀ ਹੈਗਾ ਉਹਨੂੰ ਦੇਖ ਕੇ, ਫਿਰ ਇਹ ਦੇਖੋ ਕਿ ਮੈਂ ਆਪਣੇ ਆਪ ਨੂੰ ਚੈਲੰਜ ਕਿਵੇਂ ਕਰ ਸਕਦਾ, ਮੈਂ ਇਸ ਤੋਂ ਬਾਹਰ ਕਿਵੇਂ ਆਉਣਾ। ਆਪਣੇ ਆਪ ਨੂੰ ਚੈਲੰਜ ਕਰੋ ਉਸ ਚੀਜ਼ 'ਤੇ, ਅਤੇ ਫਿਰ ਉਹ ਚੈਲੰਜ ਲੈ ਕੇ ਉਹਨੂੰ ਪੋਜ਼ਿਟਿਵ ਦੇ ਵਿੱਚ ਚੇਂਜ ਕਰੋ। ਜੇ ਕਿਸੇ ਦੇ ਦਿਮਾਗ ਦੇ ਵਿੱਚ ਇਹ ਆ ਰਿਹਾ ਨਾ ਕਿ ਨਹੀਂ ਇਹ ਕੰਮ ਮੇਰੇ ਤੋਂ ਨਹੀਂ ਹੋਣਾ ਹੈਗਾ, ਪਰ ਉਹਨੂੰ ਇਹ ਉਹਦਾ ਚੈਲੰਜ ਇਹ ਹੈਗਾ ਕਿ ਹਾਂ ਮੈਂ ਕਰ ਸਕਦਾ, ਪੋਜ਼ਿਟਿਵ ਜਿਹੜਾ ਹੈਗਾ ਐਟੀਟਿਊਡ ਜਿਹੜਾ ਉਹ ਰੱਖਣਾ ਪਏਗਾ। ਉਹਦੇ ਨਾਲ ਜਿਹੜਾ ਆ ਫਿਰ ਉਹਨਾਂ ਜਦੋਂ ਉਹ ਆਪਣਾ ਉਹ ਕੰਮ ਕਰਨਗੇ ਕੋਈ ਵੀ ਚੈਲੰਜ ਲੈ ਕੇ ਅਤੇ ਉਹ ਪੂਰਾ ਕਰਨਗੇ, ਉਸ ਤੋਂ ਬਾਅਦ ਉਹਨਾਂ ਨੂੰ ਬਹੁਤ ਚੰਗਾ ਮਹਿਸੂਸ ਹੋਏਗਾ, ਫਿਰ ਉਹ ਇਹਦੇ ਨਾਲ ਆਪਣਾ ਉਹਨਾਂ ਦਾ ਸਵੈ ਅਭਿਮਾਨ ਵੀ ਵਧੇਗਾ, ਸਵੈ ਵਿਸ਼ਵਾਸ ਵੀ ਵਧੇਗਾ ਅਤੇ ਉਹ ਅੱਗੋਂ ਹੋਰ ਵੀ ਵਧੀਆ ਕੰਮ ਕਰਨ ਦੇ ਲਈ ਕੋਸ਼ਿਸ਼ ਕਰਨਗੇ। ਠੀਕ। ਇਹਦੇ ਵਿੱਚ ਕੰਪਨੀ ਬੜੀ ਇੰਪੋਰਟੈਂਟ ਰੋਲ ਪਲੇ ਕਰਦੀ ਜੀ, ਕਿ ਤੁਹਾਡੀ ਸੰਗਤ ਕਿਹੋ ਜਿਹੀ ਹੈਗੀ ਹੈ, ਤੁਸੀਂ ਕਿਹੋ ਜਿਹਾ ਪੜ੍ਹਦੇ ਹੋ, ਕਿਹੋ ਜਿਹੇ ਤੁਸੀਂ ਘੁੰਮਦੇ ਫਿਰਦੇ ਹੋ, ਕਿਹਦੇ
ਲੋਕਾਂ ਦੇ ਵਿੱਚ ਹੈਗੇ ਆ ਕਿ ਉਹ ਐਪਰੀਸ਼ੀਏਟ ਕਰਦੇ ਨੇ, ਹਮੇਸ਼ਾ ਹੀ ਨੈਗੇਟ ਕਰਦੇ ਨੇ, ਇਹ ਵੀ ਬੜਾ ਇੱਕ ਇੰਪੋਰਟੈਂਟ ਰੋਲ ਪਲੇ ਕਰਦੀ ਹੈ। ਬਿਲਕੁਲ ਜੀ, ਜਿੰਨੀ ਦੇਰ ਤੁਹਾਨੂੰ ਪੋਜ਼ਿਟਿਵ ਜਿਹੜੇ ਤੁਹਾਡੇ ਆਲੇ ਦੁਆਲਾ ਜਿਹੜਾ ਆ ਪੋਜ਼ਿਟਿਵ ਦਿੰਦਾ ਹੈਗਾ ਆ, ਐਨਰਜੀ ਜਾਂ ਵਾਈਬਸ ਤੁਹਾਨੂੰ ਦਿੰਦਾ ਹੈਗਾ, ਤੁਹਾਨੂੰ ਇਨਕਰੇਜ ਕਰਦਾ ਹੈਗਾ ਕਿ ਯੈਸ ਯੂ ਕੈਨ ਡੂ ਇਟ, ਦੈਨ ਆਪਣੇ ਆਪ ਇਨਸਾਨ ਦੇ ਵਿੱਚ ਇਹ ਚੀਜ਼ ਆਉਂਦੀ ਹੈਗੀ ਆ ਕਿ ਹਾਂ ਮੈਂ ਇਹ ਕਰ ਸਕਦਾ। ਜੇ ਉਹ ਬਿਲੀਵ ਕਰਦੇ ਆ ਕਿ ਮੈਂ ਕਰ ਸਕਦਾ ਹੈਗਾ, ਇਹਦੇ ਵਿੱਚ ਇੱਕ ਇਹ ਵੀ ਹੈਗਾ ਕਿ ਇਹ ਵੀ ਇੱਕ ਲੋਅ ਸੈਲਫ ਸਟੀਮ ਦੀ ਨਿਸ਼ਾਨੀ ਆ, ਜਦੋਂ ਅਸੀਂ ਦੂਸਰਿਆਂ 'ਤੇ ਡਿਪੈਂਡ ਕਰਦੇ ਕਿ ਉਹ ਸਾਨੂੰ ਇਨਕਰੇਜ ਕਰਨ ਅਤੇ ਫਿਰ ਹੀ ਅਸੀਂ ਕੋਸ਼ਿਸ਼ ਕਰੀਏ, ਉਹ ਵੀ ਇੱਕ ਐਗਜ਼ਾਮਪਲ ਹੈਗੀ ਆ ਕਿ ਸਾਡੇ ਵਿੱਚ ਜਿਹੜੀ ਆ ਲੋਅ ਸੈਲਫ ਸਟੀਮ, ਅਸੀਂ ਦੂਸਰਿਆਂ ਦੀ ਅਪਰੂਵਲ ਦੇਖ ਰਹੇ ਹਾਂ, ਪਰ ਇਹ ਜਿਹੜਾ ਹੈਗਾ ਇਹ ਆਪਣੇ ਵਿੱਚ ਡਰ ਹੁੰਦਾ ਅਸਫਲਤਾ ਦਾ, ਉਹਦੇ ਨਾਲ ਕੀ ਹੋਏਗਾ ਜਦੋਂ ਅਸੀਂ ਉਹ ਚੈਲੰਜ ਪੂਰਾ ਕਰ ਲਿਆ ਆਪਣੇ ਆਪ ਸਾਨੂੰ ਹੌਸਲਾ ਮਿਲ ਜਾਣਾ ਹੈ, ਇੱਕ ਇਹ ਤਰੀਕਾ ਹੈਗਾ। ਤੇ ਦੂਸਰਾ ਹੈਗਾ ਆ ਕਿ ਆਪਣੇ ਆਪ ਨੂੰ ਪਛਾਣੋ ਕਿ ਅਸਲ ਦੇ ਵਿੱਚ ਅਸੀਂ ਕੀ ਹਾਂ, ਸਾਡੀਆਂ ਐਬਿਲਿਟੀਜ਼ ਕੀ ਹੈਗੀਆਂ, ਇਹ ਐਬਿਲਿਟੀਜ਼ ਜਿਹੜੀਆਂ ਸਾਡੀਆਂ ਹੈਗੀਆਂ, ਜੇ ਸਾਨੂੰ ਆਪਣੇ ਆਪ 'ਤੇ ਯਕੀਨ ਹੈਗਾ ਕਿ ਸਾਨੂੰ ਪਤਾ ਹੈ ਕਿ ਅਸੀਂ ਕਰ ਸਕਦੇ ਹਾਂ, ਉਹਨੂੰ ਜ਼ਰੂਰ ਟਰਾਈ ਕਰੋ, ਉਹਨੂੰ ਟਰਾਈ ਕਰੋ, ਉਹਦੇ ਨਾਲ ਤੁਹਾਨੂੰ ਇਹ ਯਕੀਨ ਹੋ ਜਾਏਗਾ ਕਿ ਮੈਂ ਕਰ ਸਕਦਾ। ਸੋ ਇਹਨਾਂ ਚੀਜ਼ਾਂ ਨੂੰ ਸਾਨੂੰ ਪਛਾਣਨ ਦੀ ਲੋੜ ਆ, ਆਪਣੇ ਆਪ ਨੂੰ ਪਛਾਣਨ ਦੀ ਲੋੜ ਆ। ਫਿਰ ਜਿਹੜਾ ਆ ਆਪਣੇ ਆਪ ਦੇ ਵਿੱਚ ਅਛਾਈਆਂ ਨੂੰ ਲੱਭੋ, ਇਹ ਨਹੀਂ ਕਿ ਮੈਨੂੰ ਕਿਸੇ ਨੇ ਕਹਿ ਦਿੱਤਾ ਸੀ ਕਿ ਤੁਸੀਂ ਬਹੁਤ ਬੁਰੇ ਹੋ ਅਤੇ ਹਾਂ ਮੈਂ ਬੁਰਾ ਹਾਂ। ਅਸੀਂ ਆਪਣੇ ਆਪ ਨੂੰ ਪੋਜ਼ਿਟਿਵ ਮੈਸੇਜ ਕਿਵੇਂ ਦੇਣਾ, ਇਹ ਨੈਗੇਟਿਵ ਮੈਸੇਜਿਸ ਜਿਹੜੇ ਸਾਨੂੰ ਕਿਸੇ ਨੇ ਦਿੱਤੇ ਹੋਏ ਆ, ਇਹਦੇ ਤੋਂ ਅਸੀਂ ਕਿਵੇਂ ਨਿਕਲਣਾ। ਉਹੀ ਗੱਲ ਜਿਸ ਤਰ੍ਹਾਂ ਤੁਸੀਂ ਪਹਿਲਾਂ ਕਿਹਾ ਕਿ ਵੀ ਦੋ ਦੂਸਰੇ ਕੀ ਤੁਹਾਡੇ ਬਾਰੇ ਰੱਖਦੇ ਨੇ ਇਮੇਜ, ਉਸ ਦੇ ਉੱਤੇ ਨਾ ਤੁਸੀਂ ਫੋਕਸ ਕਰੋ, ਆਪ ਤੁਸੀਂ ਆਪਣੇ ਆਪ ਦੇ ਉੱਤੇ ਡਿਪੈਂਡ ਕਰੋ, ਕੀ ਗੱਲ, ਆਪਣੇ ਆਪ 'ਤੇ ਯਕੀਨ ਰੱਖੋ, ਆਪਣੇ ਆਪ ਨੂੰ ਪੋਜ਼ਿਟਿਵ ਇਨਵਾਇਰਮੈਂਟ 'ਚ ਲਿਜਾਓ, ਰਾਈਟ, ਪੋਜ਼ਿਟਿਵ ਇਨਵਾਇਰਮੈਂਟ ਜਿੱਥੇ ਸਾਰੇ ਤੁਹਾਨੂੰ ਇਸ ਤਰ੍ਹਾਂ ਨਹੀਂ ਦੇਖਦੇ ਕਿ ਤੁਸੀਂ ਤੁਹਾਡੀ ਸੈਲਫ ਅਸਟੀਮ ਲੋਅ ਹੈਗੀ ਆ, ਸਾਰੇ ਤੁਹਾਨੂੰ ਬਰਾਬਰਤਾ ਦੇ ਨਾਲ ਉਹ ਡੀਲ ਕਰਦੇ ਹੈਗੇ ਆ, ਤੁਹਾਨੂੰ ਬਰਾਬਰ ਸਮਝਦੇ ਹੈਗੇ ਆ ਕਿ ਤੁਸੀਂ ਵੀ ਓਨੇ ਹੀ ਕੇਪੇਬਲ ਹੋ ਜਿੰਨੇ ਉਹ ਲੋਕ ਹੈਗੇ ਆ। ਰਾਈਟ, ਸੋ ਆਪਣੀ ਸੰਗਤ ਜਿਹੜੀ ਆ ਉਹਦੇ 'ਤੇ ਧਿਆਨ ਦਿਓ, ਆਪਣੇ ਆਪ ਨੂੰ ਪੋਜ਼ਿਟਿਵ ਪੀਪਲ ਦੇ ਨਾਲ ਜਿਹੜਾ ਆ ਸਰਾਊਂਡ ਕਰੋ, ਰਾਈਟ, ਉਹਦੇ ਨਾਲ ਵੀ ਤੁਹਾਡੀ ਆਪਣੇ ਆਪ, ਕਿਉਂਕਿ ਉੱਥੇ ਕੋਈ ਕਿੰਤੂ ਪ੍ਰੰਤੂ ਕਰਨ ਵਾਲਾ ਨਹੀਂ ਹੋਣਾ, ਤੁਹਾਡੀ ਸੈਲਫ ਅਸਟੀਮ ਵਧੇਗੀ। ਠੀਕ, ਸੋ ਸੰਗਤ ਵਾਲੀ ਗੱਲ ਹੋ ਗਈ। ਅਤੇ ਫਿਰ ਹੈਗਾ ਆ ਕਿ ਜੇ ਤੁਸੀਂ ਕੋਈ ਗਲਤੀ ਕਰਦੇ ਵੀ ਹੋ ਤਾਂ ਐਕਸੈਪਟ ਕਰੋ ਜੀ, ਉਹਨੂੰ ਡਿਨਾਈ ਨਾ ਕਰੋ, ਉਹਨੂੰ ਡਿਫੈਂਡ ਨਾ ਕਰੋ, ਐਕਸੈਪਟ ਕਰੋ ਕਿ ਹੋ ਗਈ ਗਲਤੀ, ਰਾਈਟ, ਜੇ ਹੋ ਗਈ ਆ ਉਹਨੂੰ ਖੁਦ ਹੀ ਸੁਧਾਰੋ, ਉਹਦੇ ਲਈ ਤੁਸੀਂ ਇਹ ਯਕੀਨ ਇਹ ਨਾ ਵੇਟ ਕਰੋ ਕਿ ਕੋਈ ਆਏਗਾ ਤੁਹਾਨੂੰ ਦੱਸੇਗਾ ਅਤੇ ਫਿਰ ਤੁਸੀਂ ਉਹਨੂੰ ਸੁਧਾਰੋਗੇ ਜੀ, ਉਸ ਚੀਜ਼ ਨੂੰ ਓਵਰਕਮ ਕਰੋ ਅਤੇ ਇਹਨਾਂ ਦੇ ਨਾਲ ਜਿਹੜੀ ਆ ਤੁਹਾਡੀ ਜਿਹੜੀ ਸੈਲਫ ਅਸਟੀਮ ਆ, ਰਾਈਟ, ਉਹ ਬੂਸਟ ਹੋਣੀ ਹੈ। ਸੋ ਇਹ ਕੁਛ ਤਰੀਕੇ ਹੈਗੇ ਆ ਜਿਸ ਦੇ ਨਾਲ ਤੁਸੀਂ ਜਿਹੜੀ ਸੈਲਫ ਅਸਟੀਮ ਆ ਆਪਣੀ ਬੂਸਟ ਕਰ ਸਕਦੇ ਹੋ, ਰਾਈਟ, ਹਾਂਜੀ। ਸੋ ਉਹ ਅਗੇਨ ਜਿਹੜੇ ਤੁਸੀਂ ਪੁਆਇੰਟਸ ਦੱਸੇ ਕਿ ਜਿਹਦੇ ਨਾਲ ਕਿ ਤੁਸੀਂ ਆਪਣੀ ਸੈਲਫ ਅਸਟੀਮ ਨੂੰ ਕੰਟਰੋਲ ਕਰ ਸਕਦੇ ਹੋ, ਆਪਣੇ ਆਪ ਨੂੰ ਮਜ਼ਬੂਤ ਕਰ ਸਕਦੇ ਹੋ, ਹਾਂਜੀ, ਸਾਰਾ ਕਰਨ ਦੇ ਨਾਲ ਤੁਹਾਡਾ ਸਵੈਭਿਮਾਨ ਜਿਹੜਾ, ਤੁਸੀਂ ਜਿਹੜਾ ਵੀ ਕੰਮ ਕਰੋਗੇ ਉਹਦੇ 'ਚ ਤੁਹਾਡਾ ਰਿਜ਼ਲਟ ਜਿਹੜਾ ਉਹ ਡੈਫੀਨੇਟਲੀ ਪੋਜ਼ਿਟਿਵ ਹੀ ਹੋਏਗਾ। ਬਿਲਕੁਲ ਜੀ, ਕਿਉਂਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਬਰੇਟ ਕਰਨਾ ਆਪਣੇ ਆਪ ਨੂੰ ਹਰ ਵਾਰੀ ਜਾਂ ਇੱਕ ਦੂਸਰੇ ਪਾਸੇ ਆਪਣੇ ਆਪ ਨੂੰ ਇਨਕਰੇਜ ਕਰਨਾ, ਦੋਨਾਂ 'ਚ ਬਹੁਤ ਅੰਤਰ ਹੈਗਾ, ਹਾਂਜੀ, ਪਰ ਜ਼ਿਆਦਾਤਰ ਅਸੀਂ ਕਈ ਵਾਰੀ ਜਿਹੜਾ ਜੀ ਵੀ ਸੀ ਦਾ ਹਾਫ ਗਲਾਸ ਫੁੱਲ ਇਨਸਟੈਡ ਆਫ ਹਾਫ ਬੀਂਗ, ਯੂ ਨੋ, ਵੀ ਆਮ ਸੋਰੀ, ਵੀ ਸੀ ਇਟ ਹਾਫ ਐਮਟੀ ਇਨਸਟੈਡ ਆਫ ਬੀਂਗ ਹਾਫ ਫੁੱਲ, ਉਹ ਸਾਡਾ ਇੱਕ ਨਜ਼ਰੀਆ ਬਣ ਜਾਂਦਾ, ਕਿਉਂਕਿ ਹਮੇਸ਼ਾ ਜਦੋਂ ਕੁਝ ਕਰਨੇ ਆ ਪਹਿਲਾਂ ਇੱਕ ਖੌਫ ਜਿਹੜਾ ਤੁਸੀਂ ਕਿਹਾ ਸੀ ਉਹ ਡਰ ਹੁੰਦਾ ਹੈ, ਕਿਉਂਕਿ ਸਰਾਊਂਡਿੰਗ ਇਹੋ ਜਿਹੀ ਹੈਗੀ ਹੈ ਜਿੱਥੇ ਵੀ ਕੋਈ ਵੀ ਤੁਹਾਨੂੰ ਉਹ ਇਨੀਸ਼ੀਏਟਿਵ ਲੈਣ ਤੋਂ ਪਹਿਲਾਂ ਇਨਕਰੇਜ ਨਹੀਂ ਕਰਦਾ, ਉਹ ਤੁਹਾਨੂੰ ਪਹਿਲਾਂ ਕੌਸ਼ਨ ਕਰਦਾ, ਪਰ ਜੇਕਰ ਤੁਹਾਡੀ ਸੈਲਫ ਸਟੀਮ ਸਟਰੋਂਗ ਹੈ ਤਾਂ ਡੈਫੀਨਿਟਲੀ ਯੂ ਲੀਪ ਇਨਟੂ ਇਟ। ਦੈਟਸ ਟਰੂ, ਤੇ ਇਹੀ ਜਿਵੇਂ ਤੁਸੀਂ ਕਿਹਾ ਕਿ ਹਾਫ ਗਲਾਸ ਫੁੱਲ ਐਂਡ ਹਾਫ ਗਲਾਸ ਐਮਟੀ ਜੀ, ਇਹ ਵਾਲੀ ਜਿਹੜੀ ਐਨਾਲੋਜੀ ਹੈਗੀ ਆ, ਇਹ ਉਦੋਂ ਵੀ ਆਪਾਂ ਯੂਜ਼ ਕਰ ਸਕਦੇ ਜਦੋਂ ਨੈਗੇਟਿਵ ਥੋਟਸ ਸਾਨੂੰ ਘੇਰ ਲੈਂਦੀਆਂ, ਜਦੋਂ ਤੁਸੀਂ ਆਪਣਾ ਓਵਰਕਮ ਕਰੋਗੇ ਨਾ ਨੈਗੇਟਿਵ ਥੋਟਸ ਨੂੰ, ਜਦੋਂ ਵੀ ਤੁਹਾਡੇ ਕੋਈ ਨੈਗੇਟਿਵ ਥੋਟ ਆਉਂਦੀ ਹੈਗੀ ਆ, ਉਹਨੂੰ ਇੱਕਦਮ ਪੋਜ਼ਿਟਿਵ ਵਾਲੀ ਦੇ ਨਾਲ ਚੇਂਜ ਕਰਕੇ ਦੇਖੋ। ਠੀਕ, ਨੈਗੇਟਿਵ ਨੂੰ ਜਦੋਂ ਪੋਜ਼ਿਟਿਵ ਨਾਲ ਚੇਂਜ ਕਰੋਗੇ ਨਾ, ਕਿ ਪਹਿਲੇ ਤੁਸੀਂ ਕਹੋ ਕਿ ਇਹ ਗਲਾਸ ਅੱਧਾ ਖਾਲੀ ਆ ਜੀ, ਨਹੀਂ ਕਹੋ ਨਹੀਂ 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 ਇਹ ਤਾਂ ਅੱਧਾ ਭਰਿਆ ਹੋਇਆ। ਠੀਕ, ਜਦੋਂ ਤੁਹਾਡੇ ਵਿੱਚ ਇਹ ਉਸੇ ਵੇਲੇ ਆਏਗੀ, ਉਹਦੇ ਨਾਲ ਕੀ ਹੋਏਗਾ, ਤੁਹਾਡਾ ਵਾਈਬਸ ਹੀ ਚੇਂਜ ਹੋ ਜਾਣਗੇ, ਬਿਲਕੁਲ ਦੁਨੀਆ ਨੂੰ ਦੇਖਣ ਦਾ ਨਜ਼ਰੀਆ ਬਦਲ ਜਾਏਗਾ, ਉਹਦੇ ਨਾਲ ਕੀ ਆ ਕਿ ਤੁਹਾਡਾ ਸਵੈ ਅਭਿਮਾਨ ਜਿਹੜਾ ਆ ਉਹ ਖੁਦ ਬੂਸਟ ਹੋਣਾ ਹੈ, ਠੀਕ, ਖੁਦ ਹੀ ਤੁਹਾਡਾ ਵਧਣਾ ਹੈਗਾ।
ਬਾਕੀ ਹੈਗਾ ਆ ਕਿ ਤੁਸੀਂ ਆਪਣਾ ਜਿਹੜੇ ਆ ਜਿੰਨੇ ਵੀ ਬੈਰੀਅਰਸ ਤੁਹਾਨੂੰ ਲੱਗ ਰਹੇ ਹੈਗੇ ਆ ਜੀ ਉਹਨਾਂ ਦੀ ਲਿਸਟ ਬਣਾਓ ਠੀਕ ਕਿ ਮੇਰੀ ਸੈਲਫ ਅਸਟੀਮ ਜਾਂ ਮੇਰੇ ਸੈਲਫ ਅਭਿਮਾਨ ਦੇ ਰਸਤੇ ਦੇ ਵਿੱਚ ਕਿਹੜੀਆਂ ਚੀਜ਼ਾਂ ਆ ਰਹੀਆਂ ਉਹ ਜਿਹੜੇ ਚੈਲੰਜ ਆ ਜੀ ਉਹਨਾਂ ਨੂੰ ਹੌਲੀ ਹੌਲੀ ਠੀਕ ਉਹਨਾਂ ਨੂੰ ਕਰੋ ਓਵਰਕਮ ਠੀਕ ਆਪਣਾ ਨੋਟ ਕਰ ਲਓ ਅਤੇ ਫਿਰ ਦੇਖੋ ਕਿ ਫਿਰ ਗੋਲ ਸੈੱਟ ਕਰੋ ਰਾਈਟ ਕਿ ਇਹ ਜਿਹੜਾ ਹੈਗਾ ਆ ਇਹਨੂੰ ਮੈਂ ਕਿਸ ਤਰ੍ਹਾਂ ਪਛਾੜਨਾ ਹੈਗਾ ਠੀਕ ਹੈ ਇਹ ਜਿਹੜਾ ਮੇਰੇ ਆ ਰਿਹਾ ਹੈਗਾ ਬੈਰੀਅਰ ਇਹਦੇ ਲਈ ਮੈਨੂੰ ਕੀ ਕਰਨਾ ਚਾਹੀਦਾ ਜੀ ਕਦੋਂ ਕਰਨਾ ਚਾਹੀਦਾ ਅਤੇ ਕਿੰਨੀ ਦੇਰ ਮੈਨੂੰ ਲੱਗੇਗੀ ਇਹਨੂੰ ਫਿਨਿਸ਼ ਕਰਨ ਦੇ ਵਿੱਚ ਤਾਂ ਕਿ ਮੈਂ ਅਗਲੇ ਆਪਣੇ ਗੋਲ 'ਤੇ ਜਾ ਪਹੁੰਚਾਂ ਸੋ ਗੋਲ ਸੈਟਿੰਗ ਵੀ ਇਹਦੇ ਵਿੱਚ ਕਰਨੀ ਪੈਣੀ ਹੈ ਠੀਕ ਨੈਗੇਟਿਵ ਥਾਟਸ ਤੋਂ ਪਰੇ ਜਾਓ ਰਾਈਟ ਪੋਜ਼ਿਟਿਵ ਕਮਿਊਨੀਕੇਸ਼ਨ ਸਟਾਈਲਸ ਅਪਣਾਓ ਅਤੇ ਪੋਜ਼ਿਟਿਵ ਲੋਕਾਂ ਦੀ ਸੰਗਤ ਕਰੋ ਅਤੇ ਆਪਣੇ ਆਪ 'ਤੇ ਵਿਸ਼ਵਾਸ ਕਰੋ ਉਹਦੇ ਨਾਲ ਆਟੋਮੈਟਿਕਲੀ ਤੁਹਾਡਾ ਸਵੈਭਿਮਾਨ ਜਿਹੜਾ ਉਹ ਸਟਰੋਂਗ ਹੋਏਗਾ ਬਿਲਕੁਲ ਜੀ ਧੰਨਵਾਦ ਜੀ ਇਸ ਇਸ਼ੂ ਉੱਤੇ ਸਾਡੇ ਨਾਲ ਗੱਲਬਾਤ ਕਰਨ ਲਈ ਪਰ ਕਈ ਵਾਰ ਕੁਝ ਹੋਰ ਹੈਲਪ ਦੀ ਜੇਕਰ ਲੋੜ ਹੋਏ ਤੁਹਾਡੇ ਤੋਂ ਕੋਈ ਜਾਣਕਾਰੀ ਲੈਣੀ ਤਾਂ ਕਿੱਥੇ ਤੁਹਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਮੇਰੇ ਨਾਲ ਜੀ ਲਾਈਫ ਸੋਲਿਊਸ਼ਨ ਕਾਉਂਸਲਿੰਗ ਐਂਡ ਕੰਸਲਟਿੰਗ ਦਾ ਨੰਬਰ ਹੈਗਾ 7783226410 ਬਹੁਤ ਸ਼ੁਕਰੀਆ ਜੀ ਥੈਂਕ ਯੂ ਫੋਰ ਯੋਰ ਟਾਈਮ